ਟਰੈਵਲ ਏਜੰਟਾਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਠੱਗਣ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਨੇ। ਅਜਿਹੀ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿਸ ਬਾਰੇ ਪ੍ਰੈਸ ਕਾਨਫਰੰਸ ਕਰਕੇ ਭਾਰਤੀ ਕਿਸਾਨ ਲੱਖੋਵਾਲ ਯੂਨੀਅਨ ਦੇ ਪ੍ਰਧਾਨ ਸੁਰਮੁਖ ਸਿੰਘ ਨੇ ਸਿੱਧੂ ਨੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਪਿੰਡ ਗੰਗਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨਾਲ 12,50,000 ਦੀ ਟਰੈਵਲ ਏਜੰਟ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਜਿਹਾ ਇੱਕ ਪਰਿਵਾਰ ਨਹੀਂ ਬਲਕਿ ਪੰਜਾਬ ਦੇ ਸੈਂਕੜੇ ਪਰਿਵਾਰ ਇਹਨਾਂ ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਚੁੱਕੇ ਨੇ। ਉਹਨਾਂ ਕਿਹਾ ਕਿ ਇਸੇ ਧੋਖੇਧੜੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਰੈਵਲ ਏਜੰਟਾਂ ਦੇ ਖਿਲਾਫ਼ ਵੱਡੇ ਪੱਧਰ 'ਤੇ ਮੁਹਿੰਮ ਸ਼ੁਰੂ ਕਰ ਰਿਹਾ ਹੈ, ਜਿਸ 'ਚ ਇਹਨਾਂ ਦੇ ਸੈਮੀਨਾਰ ਹੋਣ 'ਤੇ ਇਹਨਾਂ ਦਾ ਘਰਾਓ ਅਤੇ ਇਹਨਾਂ ਦੇ ਦਫ਼ਤਰਾਂ ਦੇ ਸਾਹਮਣੇ ਧਰਨਾ ਵੀ ਦਿੱਤਾ ਜਾਵੇਗਾ। ਜੀ ਟਰੈਵਲ ਏਜੰਟ ਆ ਜੀ ਬੀ ਡੀ ਚਾਵਲਾ ਲੁਧਿਆਣੇ ਤੋਂ, ਉਹ ਈ ਸੀ ਸੀ ਉਹਦੀ ਬ੍ਰਾਂਚ ਖੁੱਲ੍ਹੀ ਹੋਈ ਹੈ, ਲਗਭਗ ਸਾਰੇ ਪੰਜਾਬ ਦੇ ਡਿਸਟ੍ਰਿਕਟ ਪੱਧਰ 'ਤੇ ਬ੍ਰਾਂਚਾਂ ਖੁੱਲ੍ਹੀਆਂ ਹੋਈਆਂ, ਹਰਿਆਣੇ 'ਚ ਆ, ਰਾਜਸਥਾਨ, ਦਿੱਲੀ ਦੇ ਵਿੱਚ। ਇਹਨਾਂ ਨੇ ਆਪਣਾ ਬਲਵਿੰਦਰ ਸਿੰਘ ਸਾਡੇ ਨਾਲ ਬੈਠੇ ਆ ਜੀ, ਇਹਨਾਂ ਨੇ ਆਪਦੀ ਬੇਟੀ ਬਾਹਰ ਭੇਜਣੀ ਆਸਟ੍ਰੇਲੀਆ, ਅਤੇ ਉਹਨਾਂ ਦਫ਼ਤਰ 'ਚ ਗਏ ਅਤੇ ਉਹਨਾਂ 12,50,000 ਰੁਪਇਆ ਦਿੱਤਾ, ਅਤੇ ਕੁਛ ਤਾਂ ਇਹਨਾਂ ਦੀ ਫੀਸਾਂ ਵਾਪਸ ਆ ਗਈਆਂ 8,00,000 ਰੁਪਏ, ਅਤੇ ਬਾਕੀ ਜਿਹੜੇ ਫੰਡ ਸੋ ਕੀਤੇ ਹੈਗੇ 2,00,000 ਰੁਪਏ ਉਹਦੀ ਫੀਸ ਸੀਗੀ, ਅਤੇ ਦੂਸਰਾ ਸੀਗਾ ਇਹ ਆਪਣਾ ਬੀਮਾ ਸੀਗਾ। ਅਤੇ 8.5 ਮਹੀਨਿਆਂ ਬਾਅਦ ਦੱਸਿਆ ਵੀ ਤੁਹਾਡੀ ਫਾਈਲ ਹੈ ਰਿਫਿਊਜ ਹੋ ਗਈ, ਨਾਲ ਤੋਂ ਬੱਚੇ ਦਾ ਸਾਰਾ ਭਵਿੱਖ ਖਰਾਬ ਕਰਤਾ ਇਹਨਾਂ ਨੇ, ਅਤੇ ਪੈਸੇ ਨਹੀਂ ਦੇ ਰਹੇ ਸੀ, ਵਾਰ ਵਾਰ ਮਿਲ ਰਹੇ ਹਾਂ। 2 ਵਾਰ ਅਸੀਂ ਮੋਗੇ ਜਾ ਕੇ ਆਏ ਹਾਂ, ਮੈਂ ਦਫ਼ਤਰ ਦੇ ਵਿੱਚ ਬਠਿੰਡੇ ਵੀ ਇਹਨਾਂ ਦਾ ਅਜੀਤ ਰੋਡ 'ਤੇ ਦਫ਼ਤਰ ਖੁੱਲ੍ਹਿਆ ਹੋਇਆ ਹੈਗਾ, ਉੱਥੇ ਵੀ ਵਾਰ ਵਾਰ ਮਿਲ ਰਹੇ ਹਾਂ। ਅਤੇ 25 ਤਰੀਕ ਨੂੰ ਅਸੀਂ ਧਰਨਾ ਦੇਵਾਂਗੇ ਉਹਨਾਂ ਦੇ ਦਫ਼ਤਰ ਅੱਗੇ, ਤਾਂ ਉਸ ਤੋਂ ਪਹਿਲਾਂ ਅਸੀਂ ਪਿੰਡਾਂ ਦੇ ਵਿੱਚ ਮੀਟਿੰਗਾਂ ਰੈਲੀਆਂ ਕਰਾਂਗੇ, ਲੋਕਾਂ ਨੂੰ ਜਾਗਰੂਕ ਕਰਾਂਗੇ ਵੀ ਘੱਟੋ ਘੱਟ ਇਹਨਾਂ ਦੇ ਚਾਂਸੇ 'ਚ ਨਾ ਫਸੋ, ਉਹਨਾਂ ਦੇ ਜੋ ਵੀ ਲਾਇਸੈਂਸ ਵਗੈਰਾ ਉਹਨਾਂ ਕੋਲ ਹੈਗੇ ਆ, ਅਤੇ ਉਹ ਜ਼ਰੂਰੀ ਹੈਗਾ ਕਿਉਂਕਿ ਵੱਡੀ ਪੱਧਰ 'ਤੇ ਸਾਡੇ ਕੋਲ ਜਥੇਬੰਦੀ ਕੋਲ ਕੇਸ ਆ ਰਹੇ ਆ, ਲਗਭਗ ਸਾਲ ਦੇ ਵਿੱਚ 15-16 ਸਾਡੇ ਕੋਲ ਕੇਸ ਆ ਚੁੱਕੇ, ਅਸੀਂ ਪੈਸੇ ਵਾਪਸ ਵੀ ਕਰਵਾਏ ਉਹਨਾਂ ਦੇ, ਅਤੇ ਇਹਨਾਂ ਵਾਰ ਵਾਰ ਅਸੀਂ ਫੋਨ ਕਰਦੇ ਹਾਂ, ਆਪ ਨਹੀਂ ਚੱਕਦੇ ਗੇ, ਅਤੇ ਲਾਰੇ 'ਤੇ ਲਾਰਾ ਲਾਈ ਜਾਂਦੇ ਹਨ, ਵਾਰ ਵਾਰ ਲਾਰੇ ਲਾ ਰਹੇ ਆ ਜੀ। ਅਤੇ ਆ ਪਿਛਲੇ ਦਿਨ ਹੀ ਸਾਡੀ ਮੀਟਿੰਗ ਸੀ ਸ਼ੁੱਕਰਵਾਰ ਨੂੰ ਉਹਨਾਂ ਨਾਲ, ਅਤੇ ਉਹਨੇ 2 ਦਿਨ ਦਾ ਟਾਈਮ ਲਿਆ ਸੀਗਾ, ਅਤੇ ਹੋਰ ਟਾਈਮ ਲੈ ਰਹੇ ਹੈਗੇ। ਉਹ ਕਹਿੰਦੇ ਵੀ ਸਾਡੇ ਥੱਲੇ ਠੱਗੀ ਠੁੱਗੀ ਵੱਜ ਗਈ, ਇਹ ਤਾਂ ਸਾਨੂੰ ਪਤਾ ਨਹੀਂ ਗਾ, ਇਸ ਤਰ੍ਹਾਂ ਕੰਪਨੀ ਨੂੰ ਪੈਸੇ ਦਿੱਤੇ ਹੈਗੇ। ਅਤੇ ਆਪ ਉਹ ਬਹੁਤ ਘੱਟ ਆਉਂਦੇ, ਇਕੱਲੇ ਸੈਮੀਨਾਰ ਆ, ਜਿੱਥੇ ਵੀ ਕਿਤੇ ਸੈਮੀਨਾਰ ਪੰਜਾਬ ਦੇ ਵਿੱਚ ਉਹਨਾਂ ਦੇ ਹੋਣਗੇ, ਅਸੀਂ ਉਹਨਾਂ ਦੇ ਬਾਈਕਆਊਟ ਕਰਾਂਗੇ, ਉੱਥੇ ਆਪਦੀ ਨਾਅਰੇਬਾਜ਼ੀ ਕਰਾਂਗੇ, ਪ੍ਰਦਰਸ਼ਨ ਕਰਾਂਗੇ ਉੱਥੇ। ਅਫਸਰਾਂ ਨੂੰ ਹਾਂ, ਪਹਿਲਾਂ ਇੱਕ ਐਪਲੀਕੇਸ਼ਨ ਦਿੱਤੀ ਹੋਈ ਹੈ ਸਾਡੀ ਮੋਗੇ, ਅਤੇ ਦੂਸਰਾ ਲੰਮੇ ਪ੍ਰੋਸੈਸ ਹੁੰਦੇ ਜੋ ਕਾਰੋਬਾਰੀ ਬਹੁਤ ਘੱਟ, ਅਤੇ ਹੁਣ ਸਾਨੂੰ ਫੋਨ ਆਇਆ, 4-5 ਮਹੀਨੇ ਹੋ ਗਏ ਐਪਲੀਕੇਸ਼ਨ ਦਿੱਤੇ ਨੂੰ, ਅੱਜ ਹੀ ਫੋਨ ਆਇਆ ਗਿਆ ਕਹਿੰਦੇ ਮੋਗੇ ਆ ਜਾਓ, ਅਤੇ ਉੱਥੇ ਵੀ ਉਹਨੇ ਚੱਲਦੀ ਹੈ, ਪੈਸੇ ਪੁਸੇ ਦੇ ਦਿੱਤੇ 18 ਕੁ ਮਹੀਨੇ ਦੀ ਆ ਕੇ, ਅਸਲ ਵਿੱਚ ਉਹ ਇਨਸਾਫ ਨਹੀਂ ਦੇ ਪਾ ਰਹੇ, ਅਤੇ ਬੱਚੀ ਦਾ ਸਾਡਾ ਸਾਰਾ ਕੈਰੀਅਰ ਖਰਾਬ ਹੋ ਗਿਆ। 2017 'ਚ ਪੈਸੇ ਦਿੱਤੇ ਸੀਗੇ, ਅਤੇ 18 ਲੰਘ ਗਿਆ ਪਹਿਲਾਂ ਲਾਰਿਆਂ ਦੇ।